ਏ ਜੀ ਓ ਜੀ ਏ ਜੀ ਓ ਜੀ ਲੋ ਜੀ ਸੁਨੋ ਜੀ ਮੈਂ ਹੂੰ ਬੀ ਸੀ ਜੀ ਕਰਤਾ ਹੂੰ ਮੈਂ ਜੋ ਵੋ ਤੁਮ ਵੀ ਕਰੋ ਜੀ ਵਨ ਟੂ ਕਾ ਫੋਰ ਵਨ ਟੂ ਕਾ ਫੋਰ ਫਰੈਂਡਸ ਬੀ ਸੀ ਜੀ ਹੈ ਜੋ ਹੀ ਏਕ ਹੀ ਸ਼ੇਅਰ ਐਸਾ ਹੈ ਜੋ ਰੀਅਲ ਮੇ ਵਨ ਟੂ ਕਾ ਫੋਰ ਕਰਕੇ ਦਿਖਾਇਆ ਉਸਨੇ ਮਾਰਕੀਟ ਮੈਂ ਐਂਡ ਐਜ਼ ਯੂ ਸੋ ਕਿ ਵਨ ਟੂ ਕਾ ਫੋਰ ਨਹੀਂ ਕਈ ਗੁਣਾ ਕਰ ਦਿਆ ਵਨ ਟੂ ਕਾ ਹੰਡਰਡ ਕਰ ਦਿਆ ਹੈ ਬ੍ਰੈਡਕੋਮ ਗਰੁੱਪ ਨੇ ਵਨ ਈਅਰ ਬੈਕ ਆਪ ਦੇਖੀਏ ਕਹਾਂ ਥਾ ਔਰ ਆਜ ਕਹਾਂ ਪਰ ਹੈ ਔਰ ਇਹ ਸ਼ੇਅਰ ਅਭੀ ਵਨ ਟੂ ਕਾ ਫੋਰ ਕਰਨੇ ਕੇ ਹੀ ਸਪੀਡ ਸੇ ਜਾ ਰਹਾ ਹੈ ਆਜ ਵੀ ਇਸਨੇ ਅਪਰ ਸਰਕਿਟ ਲਗਾਇਆ ਜੋ ਕਿ ਹਮ ਐਕਸਪੈਕਟ ਕਰ ਹੀ ਰਹੇ ਥੇ ਸਭ ਲੋਕ ਤੋ ਅਪਰ ਸਰਕਿਟ ਲਗਾ ਕਰ ਹੀ ਆਜ ਕਲੋਜ਼ ਹੁਆ ਜ਼ਿਆਦਾ ਕੋਈ ਟ੍ਰੇਡਿੰਗ ਹੁਆ ਹੀ ਨਹੀਂ ਇਸਕੇ ਅੰਦਰ ਆਜ ਕਾ ਟ੍ਰੇਡਿੰਗ ਅਗਰ ਦੇਖਾ ਜਾਏ ਤੋ ਇਸਮੇ ਦੇਖੀਏ ਬੀ ਐੱਸ ਸੀ ਪੇ ਯੇ ਖੁਲਾ 180 ਰੁਪੀਸ 45 ਪੈਸਾ ਐਂਡ ਕਲੋਜ਼ ਵੀ ਹੁਆ 180 ਰੁਪੀਸ 45 ਪੈਸਾ ਐਂਡ ਬੀ ਐੱਸ ਸੀ ਪੇ ਓਨਲੀ 15,000 ਸ਼ੇਅਰ ਟ੍ਰੇਡ ਹੋਏ ਹੈ ਓਨਲੀ 15,000 ਦੈਟ ਇਜ਼ ਕੁਆਇਟ ਅਮੇਜ਼ਿੰਗ ਮਤਲਬ ਲੋਕ ਅਭੀ ਧੀਰੇ ਧੀਰੇ ਲੋਕੋ ਸਮਝ ਮੇ ਆ ਰਹਾ ਹੈ ਕਿ ਵੇਚਣਾ ਨਹੀਂ ਹੈ ਲੋਕ ਸੇਲਰਸ ਦਿਨ ਬਦਿਨ ਕਮ ਹੀ ਹੋਤੇ ਜਾ ਰਹੇ ਐਜ਼ ਫਾਰ ਐਜ਼ ਐੱਨ ਏ ਸੀ ਇਜ਼ ਕਨਸਰਨ ਐੱਨ ਏ ਸੀ ਪੇ ਵੀ 180.95 ਪੇ ਕਈ ਰੇਟ ਪੇ ਖੁਲਾ ਔਰ ਕਲੋਜ਼ ਹੁਆ ਔਰ ਵਹਾਂ ਪੇ ਟ੍ਰੇਡ ਹੋਏ 5,76,000 ਸ਼ੇਅਰ ਸੋ ਆਲ ਟੁਗੇਦਰ 6,00,000 ਸ਼ੇਅਰਸ ਟ੍ਰੇਡ ਹੋਏ ਹੈ ਐੱਨ ਏ ਸੀ ਔਰ ਬੀ ਐੱਸ ਸੀ ਮਿਲਾ ਕਰ ਜੋ ਕਿ ਕਾਫੀ ਕਮ ਵਾਲਿਊਮ ਹੈ ਫਰੈਂਡਸ ਮੈਨੇ ਇਸਕੇ ਪਹਿਲੇ ਵੀਡੀਓ ਡਾਲਾ ਹੈ ਹਾਊ ਟੂ ਬਾਏ ਬ੍ਰੈਡਕੋਮ ਗਰੁੱਪ ਇਨ ਅਪਰ ਸਰਕਿਟ ਜੋ ਲੋਕਾਂ ਨੇ ਉਹ ਵੀਡੀਓ ਦੇਖਾ ਨਹੀਂ ਹੋਗਾ ਯੂ ਕੈਨ ਗੋ ਐਂਡ ਵਾਚ ਐਂਡ ਯੂ ਕੈਨ ਟ੍ਰਾਈ ਟੂ ਬਾਏ ਬ੍ਰੈਡਕੋਮ ਗਰੁੱਪ ਸਟਿਲ ਦੇਰ ਇਜ਼ ਹੋਪ ਦੈਟ ਯੂ ਵਿਲ ਗੈਟ ਅਬ ਸਵਾਲ ਇਹ ਹੈ ਕਿ ਇਸਕਾ ਦੇਖੀਏ ਅਭੀ ਵੈਦਰ ਇਟ ਵਿਲ ਕ੍ਰੋਸ 204 ਔਰ ਨਾਟ ਬਿਕੋਜ਼ ਅਭੀ ਮੰਡੇ ਕੋ ਇਸਕਾ ਨੈਕਸਟ ਲੈਵਲ ਹੈ ਅਰਾਊਂਡ 190 ਰੁਪੀਜ਼ ਜੋ ਕਿ 195 ਕੇ ਆਸ ਪਾਸ ਰੈਜ਼ਿਸਟੈਂਸ ਰਹਿਤਾ ਥਾ ਬਟ ਐਜ਼ ਆਈ ਫੀਲ ਕਿ ਇਹ ਉਸਕੋ ਤੋ ਕ੍ਰੋਸ ਆਰਾਮ ਸੇ ਕਰ ਲੇਗਾ ਬਾਅਦ ਮੇ ਔਰ ਦੋ ਦਿਨ ਮਤਲਬ 3 ਟ੍ਰੇਡਿੰਗ ਸੈਸ਼ਨਸ ਮੇ ਇਟ ਮੇ ਕ੍ਰੋਸ 204 ਜੋ ਇਸਕਾ 52 ਵੀਕ ਹਾਈ ਥਾ ਔਰ ਯੂ ਕੈਨ ਸੇ ਅਭੀ ਤੱਕ ਕਾ ਹਾਈਐਸਟ ਜੋ ਰੇਟ ਥਾ ਉਹ 3 ਟ੍ਰੇਡਿੰਗ ਸੈਸ਼ਨ ਮੇ ਮਤਲਬ ਮੰਡੇ ਟਿਊਸਡੇ ਵੈਡਨਸਡੇ ਤੱਕ ਕ੍ਰੋਸ ਕਰਨਾ ਚਾਹੀਏ ਐਸਾ ਐਕਸਪੈਕਟੇਸ਼ਨ ਹੈ ਔਰ ਹੋ ਸਕਤਾ ਹੈ ਕਿ ਇਸਕੇ ਆਗੇ ਵੀ ਅਗਰ ਮਾਰਕੀਟ ਵੀ ਪੋਜ਼ਿਟਿਵ ਰਹਾ ਔਰ ਸਭ ਠੀਕ ਚਲਾ ਤੋ ਯੇ ਸ਼ੇਅਰ 250 ਕੇ ਲੈਵਲ ਟੱਚ ਕਰ ਸਕਤਾ ਹੈ ਮੇ ਬੀ ਇਨ ਫੈਬਰੀ ਮੰਥ ਓਨਲੀ ਜੀ ਹਾਂ ਦੈਟ ਇਜ਼ ਮਾਈ ਐਕਸਪੈਕਟੇਸ਼ਨ ਕਿ ਇਟ ਵਿਲ ਟੱਚ 250 ਰੁਪੀਜ਼ ਇਨ ਫੈਬਰੀ ਓਨਲੀ ਬਿਕੋਜ਼ ਅਭੀ ਤੋ ਬੋਨਸ ਕਾ ਜੋ ਇੰਪਲੀਮੈਂਟੇਸ਼ਨ ਹੋਣੇ ਕੋ ਕਾਫੀ ਟਾਈਮ ਹੈ ਬੋਨਸ ਜੋ ਹੋਗਾ ਇਸ ਡੇਟ ਰਿਕਾਰਡਡ ਦੈਟ ਵਿਲ ਬੀ ਇਨ ਮਾਰਚ ਸਮਵੇਅਰ ਨਾਟ ਇਨ ਫੈਬਰੀ ਐਂਡ ਬੋਨਸ ਰਿਗਾਰਡਿੰਗ ਔਰ ਇੱਕ ਅਪਡੇਟ ਆਇਆ ਹੈ ਮੈਂ ਨੈਕਸਟ ਵੀਡੀਓ ਬਣਾ ਕਰ ਆਪਕੋ ਬਤਾਊਂਗਾ ਦੈਟ ਆਲਸੋ ਯੂ ਕੈਨ ਵਾਚ ਕਿ ਬੋਨਸ ਕੇ ਬਾਰੇ ਮੇਂ ਔਰ ਨਯਾ ਜੋ ਕੰਪਨੀ ਨੇ ਇਸ਼ੂ ਜਾਰੀ ਕੀਆ ਹੈ ਕੱਲ ਨੋਟੀਫਿਕੇਸ਼ਨ ਫੋਰ ਦੈਟ ਆਈ ਵਿਲ ਮੇਕ ਐਨ ਸੈਪਰੇਟ ਵੀਡੀਓ ਦਿਸ ਇਜ਼ ਓਨਲੀ ਅਬਾਊਟ ਟੁਡੇਜ਼ ਅਪਡੇਟ ਸੋ ਫਰੈਂਡਸ ਸਟਿਲ ਆਈ ਫੀਲ ਦੈਟ ਬੀ ਸੀ ਜੀ ਵਿਲ ਕ੍ਰੋਸ 250 ਰੁਪੀਜ਼ ਆਲਸੋ ਔਰ ਟੱਚ 250 ਰੁਪੀਜ਼ ਇਨ ਫੈਬਰੀ ਇਟਸੈਲਫ ਇਫ ਮਾਰਕੀਟ ਇਜ਼ ਪੋਜ਼ਿਟਿਵ ਬਟ ਯੂ ਨੋ ਡੋਂਟ ਬੀ ਯੂ ਨੋ ਅਪਸੈਟ ਜੋ ਲੋਕ ਨਹੀਂ ਮਿਲ ਰਹਾ ਹੈ ਫਰੈਂਡਸ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਆਪ ਏਮ ਆਰਡਰ ਲਗਾਤੇ ਰਹੀਏ ਹੋ ਸਕਤਾ ਹੈ ਮਾਰਕੀਟ ਮੇਂ ਬਹੁਤ ਜ਼ਿਆਦਾ ਗਿਰਾਵਟ ਹੋ ਤੋ ਹੋ ਸਕਤਾ ਹੈ ਇੱਕ ਦੋ ਵਾਰ ਇਹ ਨਾਰਮਲ ਟ੍ਰੇਡਿੰਗ ਵੀ ਕਰੇ ਔਰ ਇੱਕ ਵਾਰ ਉੱਪਰ ਨੀਚੇ ਵੀ ਹੋ ਤੋ ਆਪਕੋ ਮੌਕਾ ਮਿਲ ਜਾਏਗਾ ਸੋ ਬੀ ਰੈਡੀ ਫੋਰ ਦੈਟ ਡੇ ਕਿ ਥੋੜ੍ਹਾ ਬਹੁਤ ਇਸ ਮੇਂ ਅਗਰ ਕਰੈਕਸ਼ਨ ਜਾਂ ਥੋੜ੍ਹਾ ਬਹੁਤ ਨਾਰਮਲ ਟ੍ਰੇਡਿੰਗ ਹੋਤਾ ਹੈ ਤੋ ਦੈਟ ਟਾਈਮ ਯੂ ਕੈਨ ਇਮੀਡੀਏਟਲੀ ਐਂਟਰ ਇਨ ਟੂ ਦਿਸ ਸਟਾਕ ਐਂਡ ਹੋਲਡ ਇਟ ਫੋਰ ਲੋਂਗ ਟਰਮ ਐਜ਼ ਆਈ ਆਲਵੇਜ਼ ਸੇ ਹੋਲਡ ਇਟ ਫੋਰ ਲੋਂਗ ਟਰਮ ਡੋਂਟ ਸੇਲ ਬਿਕੋਜ਼ ਬੀ ਸੀ ਜੀ ਕੈਨ ਮੇਕ ਯੂਅਰ ਮਨੀ 1-2-4 1-2-4 ਦੇਰ ਇਜ਼ ਨੋ 4-2-1 ਬੀ ਸੀ ਇਜ਼ ਦ ਓਨਲੀ ਸ਼ੇਅਰ ਵਿਚ ਗਿਵਸ 1-2-4 ਐਂਡ ਨਾਟ 4-2-1 ਇਸ ਲਈ ਮੈਂ ਕਹਿ ਰਹਾ ਹੂੰ 1-2-4 ਬੀ ਸੀ ਜੀ ਜਿੰਦਾਬਾਦ ਸੋ ਬਣੇ ਰਹੀਏ ਐਂਡ ਵੇਟ ਫਾਰ ਮਾਈ ਨੈਕਸਟ ਅਪਡੇਟ ਔਨ ਬੋਨਸ ਸ਼ੇਅਰ ਵੀਡੀਓ ਦੈਟ ਇਜ਼ ਕਮਿੰਗ ਸੂਨ ਥੈਂਕ ਯੂ ਫਰੈਂਡਸ